Hello friends, I hope you are all good. Dear friends, today we will discuss about first chapter of 6th class book, My English Companion. The name of the chapter is The Farmhouse Cows. Let us read the story. Rajinder got very happy that his parents had bought a farm in a village where they were moving from a city. Rajinder ਬਹੁਤ ਜ਼ਿਆਦਾ ਖੁਸ਼ ਸੀ ਕਿਉਂਕਿ ਉਹਨਾਂ ਦੇ ਮਾਤਾ ਪਿਤਾ ਨੇ ਪਿੰਡ ਦੇ ਵਿੱਚ ਖੇਤ ਖਰੀਦ ਰਹੇ ਸਨ ਜਿੱਥੇ ਉਹ ਸ਼ਹਿਰ ਤੋਂ ਆ ਕੇ ਰਹਿ ਰਹੇ ਸੀ. ਇਟ ਵਾਜ਼ ਸੋ ਡਿਫਰੈਂਟ, ਇਹ ਬਹੁਤ ਹੀ ਅਲੱਗ ਸੀ. ਦੇਰ ਵਰ ਸਮਾਲ ਗ੍ਰੀਨ ਲੈਂਡਸ ਇੰਸਟੈਡ ਆਫ ਬਿਜ਼ੀ ਸਟਰੀਟਸ, ਇੱਥੇ ਵੱਡੀਆਂ ਵੱਡੀਆਂ ਸੜਕਾਂ ਦੀ ਬਜਾਏ ਛੋਟੀਆਂ ਛੋਟੀਆਂ ਹਰੀਆਂ ਭਰੀਆਂ ਗਲੀਆਂ ਸਨ. ਬਿਗ ਟ੍ਰੀਸ ਇੰਸਟੈਡ ਆਫ ਟਾਲ ਬਿਲਡਿੰਗਸ, ਵੱਡੇ ਵੱਡੇ ਦਰਖਤ ਸੀ ਉੱਚੀਆਂ ਇਮਾਰਤਾਂ ਦੀ ਬਜਾਏ. ਐਂਡ ਅ ਲੋਟ ਆਫ ਐਨੀਮਲਸ ਐਂਡ ਬਰਡ, ਬਹੁਤ ਸਾਰੇ ਜਾਨਵਰ ਅਤੇ ਪੰਛੀ ਸਨ. ਰਜਿੰਦਰ ਕਾਊਂਟਰ ਦ ਐਨੀਮਲਸ, ਦੇਰ ਆਰ 32 ਗੋਟਸ ਇਨ ਦਾ ਫੀਲਡਸ ਐਂਡ 6 ਲਿਟਲ ਕਿਡਸ, ਇੱਥੇ ਰਜਿੰਦਰ ਨੇ ਜਾਨਵਰਾਂ ਨੂੰ ਗਿਣਿਆ. ਇੱਥੇ 32 ਬੱਕਰੀਆਂ ਅਤੇ 6 ਉਹਨਾਂ ਦੇ ਛੋਟੇ ਛੋਟੇ ਬੱਚੇ ਸਨ. ਰਜਿੰਦਰ ਸੈਡ ਟੂ ਹਿਜ਼ ਮਦਰ, ਐਂਡ ਦੇਅਰ ਆਰ 9 ਹੋਰਸਿਸ ਐਟ ਦਾ ਫਾਰਮ. ਰਜਿੰਦਰ ਨੇ ਆਪਣੀ ਮਾਂ ਨੂੰ ਦੱਸਿਆ ਕਿ ਇੱਥੇ ਖੇਤ ਵਿੱਚ 9 ਘੋੜੇ ਵੀ ਹਨ. ਆਈ ਸਾ 2 ਰੈਬਿਟਸ ਦਿਸ ਮੋਰਨਿੰਗ ਐਂਡ ਅਬਾਊਟ 12 ਡਕਸ, ਮੈਂ ਸੁਬਹਾ ਕਹਿੰਦਾ 2 ਖਰਗੋਸ਼ ਅਤੇ 12 ਬੱਤਕਾਂ ਵੀ ਦੇਖੀਆਂ. ਆਈ ਕੁੱਡ ਨੋਟ ਕਾਊਂਟ ਦੈਮ ਪ੍ਰੋਪਰਲੀ ਬਿਕੋਜ ਦੇ ਵੁੱਡ ਨੋਟ ਸਟੇ ਸਟਿਲ ਇਨ ਵਨ ਪਲੇਸ, ਮੈਂ ਉਹਨਾਂ ਨੂੰ ਪੂਰੀ ਤਰ੍ਹਾਂ ਨਹੀਂ ਗਿਣ ਸਕਿਆ ਕਿਉਂਕਿ ਉਹ ਇੱਕ ਜਗ੍ਹਾ 'ਤੇ ਨਹੀਂ ਠਹਿਰ ਰਹੀਆਂ ਸਨ. ਦ ਹੈਨ ਵੁੱਡ ਆਲਸੋ ਨੋਟ ਸਟੇ ਸਟਿਲ, ਮੁਰਗੀਆਂ ਵੀ ਇੱਕ ਜਗ੍ਹਾ 'ਤੇ ਨਹੀਂ ਟਿਕ ਰਹੀਆਂ ਸਨ. ਵਟ ਅਬਾਊਟ ਦਾ ਕਾਊਜ ਸੈਡ ਹਿਜ਼ ਮਦਰ, ਮਾਂ ਨੇ ਕਿਹਾ ਗਾਵਾਂ ਬਾਰੇ ਕੀ? ਹੈਵ ਯੂ ਕਾਊਂਟਡ ਦੋਜ਼, ਕੀ ਤੁਸੀਂ ਉਹਨਾਂ ਨੂੰ ਗਿਣਿਆ ਹੈ? ਆਈ ਡੂ ਨੋਟ ਲਾਈਕ ਕਾਊਜ ਸੈਡ ਰਜਿੰਦਰ, ਰਜਿੰਦਰ ਕਹਿੰਦਾ ਮੈਨੂੰ ਗਾਵਾਂ ਪਸੰਦ ਨਹੀਂ. ਦੇ ਹੈਵ ਬਿਗ ਹੋਰਨਸ ਐਂਡ ਦੇ ਰੋਅਰ ਐਟ ਮੀ, ਉਹਨਾਂ ਦੇ ਵੱਡੇ ਵੱਡੇ ਸਿੰਗ ਹੁੰਦੇ ਹਨ ਅਤੇ ਉਹ ਮੇਰੇ ਉੱਪਰ ਦਹਾੜਦੀਆਂ ਹਨ. ਓ ਨੋ ਸੈਡ ਹਿਜ਼ ਮਦਰ, ਲਾਇਨਸ ਰੋਅਰ ਕਾਓ ਓਨਲੀ ਮੂ, ਰਜਿੰਦਰ ਦੀ ਮਾਂ ਨੇ ਕਿਹਾ ਨਹੀਂ ਸ਼ੇਰ ਦਹਾੜਦਾ ਹੈ, ਗਾਵਾਂ ਤਾਂ ਸਿਰਫ ਬਾਂ ਬਾਂ ਹੀ ਕਰਦੀਆਂ ਹਨ. ਵੈਲ ਇਟ ਸਾਊਂਡਸ ਜਸਟ ਲਾਈਕ ਲਾਇਨਸ ਟੂ ਮੀ ਸੈਡ ਰਜਿੰਦਰ, ਰਜਿੰਦਰ ਕਹਿੰਦਾ ਕਿ ਚੰਗਾ ਮੇਰੇ ਲਈ ਤਾਂ ਜਿਸ ਤਰ੍ਹਾਂ ਸ਼ੇਰ ਦਹਾੜਦਾ ਇਸ ਤਰ੍ਹਾਂ ਹੀ ਹੈ. ਆਈ ਡੂ ਨੋਟ ਲਾਈਕ ਦਾ ਕਾਊਜ ਐਟ ਆਲ, ਮੈਂ ਕਦੇ ਵੀ ਗਾਵਾਂ ਨੂੰ ਪਸੰਦ ਨਹੀਂ ਕਰਦਾ. ਦੇ ਆਰ ਬੈਡ, ਉਹ ਬੁਰੀਆਂ ਹੁੰਦੀਆਂ ਹਨ. ਨੋ ਦੇ ਆਰ ਵੈਰੀ ਗੁੱਡ ਫਰੈਂਡਸ, ਨਹੀਂ ਉਹ ਬਹੁਤ ਚੰਗੇ ਮਿੱਤਰ ਹਨ. ਦੇ ਗਿਵ ਅਸ ਡਿਲੀਸ਼ੀਅਸ ਗਿਫਟਸ ਸੈਡ ਮਦਰ, ਉਹ ਸਾਨੂੰ ਬਹੁਤ ਸਾਰੇ ਤੋਹਫ਼ੇ ਦਿੰਦੀਆਂ ਹਨ, ਮਾਂ ਨੇ ਕਿਹਾ. ਸ਼ੀ ਟੁੱਕ ਡਾਊਨ ਅ ਜੱਗ ਆਫ ਮਿਲਕ, ਉਸਨੇ ਦੁੱਧ ਦਾ ਇੱਕ ਜੱਗ ਚੁੱਕਿਆ. ਸ਼ੀ ਪੋਰਡ ਇਟ ਇਨ ਟੂ ਅ ਮੱਗ ਐਂਡ ਗੇਵ ਇਟ ਟੂ ਰਜਿੰਦਰ, ਉਹਨੇ ਉਸਨੂੰ ਮੱਗ ਦੇ ਵਿੱਚ ਪਾਇਆ ਅਤੇ ਰਜਿੰਦਰ ਨੂੰ ਦਿੱਤਾ. ਹੀ ਡਰੈਂਕ ਇਟ, ਉਸਨੇ ਇਸ ਨੂੰ ਪੀ ਲਿਆ. ਸੋ ਡਿਡ ਦੈਟ ਕਮ ਫਰੋਮ ਦਾ ਕਾਓ,
ਹੀ ਆਸਕਰ। ਰਜਿੰਦਰ ਨੇ ਪੁੱਛਿਆ ਕਿ ਇਹ ਵੀ ਗਾਂ ਤੋਂ ਹੀ ਆਇਆ ਹੈ। ਮਦਰ ਨੋਡਨ ਮਦਰ ਨੇ ਹਾਂ ਕਿਹਾ। ਵੈਲ ਇਟ ਈ ਵਾਜ ਸਿੰਪਲੀ ਡਿਲੀਸ਼ੀਅਸ, ਇਹ ਸਵਾਦ ਸੀ। ਐਟ ਲੰਚ ਟਾਈਮ ਮਦਰ ਪੁੱਟ ਡਾਊਨ ਆ ਡਿਸ਼ ਫਰੋਮ ਸਵੀਟੈਂਡਡ ਐਪਲਸ ਫਾਰ ਰਜਿੰਦਰ। ਦੁਪਹਿਰ ਦੇ ਖਾਣੇ ਦੇ ਟਾਈਮ ਮਾਂ ਨੇ ਰਜਿੰਦਰ ਲਈ ਸੇਬ ਤੋਂ ਇੱਕ ਬਹੁਤ ਹੀ ਅੱਛੀ ਡਿਸ਼ ਤਿਆਰ ਕੀਤੀ। ਹੀ ਲੁਕਡ ਅਰਾਊਂਡ ਫਾਰ ਦਾ ਕਸਟਰਡ ਦੇਟ ਮਦਰ ਯੂਜਲੀ ਮੇਡ ਫਾਰ ਹਿਮ ਵਿਦ ਦਿਸ ਡਿਸ਼। ਉਹ ਕਸਟਰਡ ਨੂੰ ਦੇਖ ਰਿਹਾ ਸੀ, ਆਲੇ ਦੁਆਲੇ ਕਸਟਰਡ ਨੂੰ ਦੇਖ ਰਿਹਾ ਸੀ ਜਿਹੜਾ ਕਿ ਮਾਂ ਉਹਦੇ ਲਈ ਹਮੇਸ਼ਾ ਬਣਾਉਂਦੀ ਹੈ। ਦੇਰ ਵਾਜ਼ ਨਨ, ਉਹ ਇੱਥੇ ਨਹੀਂ ਸੀ। ਦ ਕਾਓ ਹੈ ਸੈਂਟ ਯੂ ਦਿਸ ਗਿਫਟ ਇੰਸਟੈਂਟ, ਸੈਡ ਮਦਰ, ਐਂਡ ਸ਼ੀ ਗੇਵ ਰਜਿੰਦਰ ਅ ਸਮਾਲ ਜੱਗ ਫੁੱਲ ਆਫ ਥਿੱਕ ਕਰੀਮ। ਉਹਦੀ ਮਾਂ ਨੇ ਕਿਹਾ ਕਿ ਇਹ ਤੈਨੂੰ ਗਾਂ ਨੇ ਹੁਣੀ ਭੇਜਿਆ ਹੈ। ਮਾਂ ਨੇ ਇੱਕ ਮੋਟੀ ਕਰੀਮ ਦੀ ਜੱਗ ਉਹਨੂੰ ਦਿੱਤਾ। ਇਟ ਵਾਸ ਮਾਊਥ ਵਾਟਰਿੰਗ, ਉਹਦੇ ਮੂੰਹ ਵਿੱਚ ਪਾਣੀ ਆਇਆ। ਰਜਿੰਦਰ ਪੋਡ ਇਟ ਆਲ ਓਵਰ ਹਿਜ਼ ਐਪਲ, ਰਜਿੰਦਰ ਨੇ ਸਾਰਾ ਐਪਲ ਦੇ ਉੱਪਰ ਲਗਾ ਲਿਆ। ਦੇ ਟੈਸਟਡ ਮਚ ਨਾਈਸਰ ਦੈਨ ਯੂਜ਼ੁਅਲ, ਇਸ ਦਾ ਸਵਾਦ ਆਮ ਨਾਲੋਂ ਬਹੁਤ ਅੱਛਾ ਸੀ। ਸੋ ਦੈਟ ਕਮਸ ਫਰੋਮ ਦਾ ਕਾਓ ਟੂ, ਇਸ ਲਈ ਇਹ ਵੀ ਗਾਂ ਤੋਂ ਹੀ ਮਿਲਿਆ ਹੈ। ਸੈਟ ਦਾ ਲਿਟਲ ਬੋਆਏ, ਛੋਟੇ ਬੱਚੇ ਨੇ ਕਿਹਾ ਵੀ ਵੈਲ ਇਟ ਮਸਟ ਬੀ ਅ ਵੈਰੀ ਕਾਇੰਡ ਐਨੀਮਲ, ਯੈਸ ਇਟ ਇਜ਼। ਕਹਿੰਦਾ ਫਿਰ ਤਾਂ ਇਹ ਜਿਹੜੀ ਗਾਂ ਹੈ ਬਹੁਤ ਹੀ ਅੱਛਾ ਦਿਆਲੂ ਜਾਨਵਰ ਹੈ। ਉਹਦੀ ਮਾਂ ਕਹਿੰਦੀ ਹਾਂ। ਆਲ ਦੀ ਥਿੰਗਸ ਆਰ ਮੇਡ ਫਰੋਮ ਕਾਓ ਮਿਲਕ, ਸੈਟ ਰਜਿੰਦ ਮਦਰ, ਮਾਂ ਨੇ ਕਿਹਾ ਕਿ ਜਿੰਨਾ ਕੁਛ ਵੀ ਆਪਾਂ ਖਾ ਰਹੇ ਹਾਂ ਸਭ ਕੁਛ ਆਪਾਂ ਗਾਂ ਦੇ ਦੁੱਧ ਤੋਂ ਹੀ ਬਣਾਉਂਦੇ ਹਾਂ। ਰਜਿੰਦਰ ਵਾਜ ਸਰਪ੍ਰਾਈਜ਼ ਟੂ ਨਾਓ ਦੈਟ ਕਾਓ ਗਿਵ ਸੋ ਮੱਚ ਮਿਲਕ ਦੈਟ ਹਿਜ਼ ਮਦਰ ਕੁਡ ਮੇਕ ਸੋ ਮੈਨੀ ਥਿੰਗਸ ਆਊਟ ਆਫ ਇਚ ਆਊਟ ਆਫ ਇਟ। ਰਜਿੰਦਰ ਬਹੁਤ ਜ਼ਿਆਦਾ ਹੈਰਾਨ ਸੀ, ਠੀਕ ਹੈ, ਜਾਣ ਕੇ ਕਿ ਗਾਂ ਸਾਨੂੰ ਇੰਨਾ ਸਾਰਾ ਦੁੱਧ ਦਿੰਦੀ ਹੈ ਅਤੇ ਉਸਦੀ ਮਾਂ ਉਸ ਤੋਂ ਬਹੁਤ ਸਾਰੀਆਂ ਚੀਜ਼ਾਂ ਤਿਆਰ ਕਰਦੀ ਹੈ। ਐਟ ਟੀ ਟਾਈਮ ਮਦਰ ਸਰਵ ਅ ਲੋਫ ਆਫ ਬ੍ਰੈਡ ਔਨ ਦਾ ਟੇਬਲ ਵਿਦ ਹੋਮ ਮੇਡ ਜੈਮ। ਚਾਹ ਦੇ ਟਾਈਮ ਮਾਂ ਨੇ ਇੱਕ ਬ੍ਰੈਡ ਦਾ ਟੁਕੜਾ ਜੈਮ ਨਾਲ ਲਗਾ ਕੇ ਟੇਬਲ ਦੇ ਉੱਪਰ ਰੱਖਿਆ। ਯੂਜਲੀ ਦੇ ਵਰ ਸਲਾਈਸ ਆਫ ਬ੍ਰੈਡ ਐਂਡ ਬਟਰ, ਪਰ ਆਮ ਤੌਰ 'ਤੇ ਉੱਥੇ ਬ੍ਰੈਡ ਦਾ ਟੁਕੜਾ ਅਤੇ ਮੱਖਣ ਹੁੰਦੇ ਸੀ। ਲੁੱਕ ਰਜਿੰਦਰ, ਦੇਖੋ ਰਜਿੰਦਰ, ਦਾ ਕਾਓ ਹੈਜ਼ ਸੈਂਟ ਮੀ ਆ ਪ੍ਰੈਜੈਂਟ ਟੂ, ਕਹਿੰਦੇ ਦੇਖੋ ਰਜਿੰਦਰ, ਗਾਂ ਨੇ ਮੈਨੂੰ ਇੱਕ ਹੋਰ ਤੋਹਫ਼ਾ ਦਿੱਤਾ ਹੈ। ਮਦਰ ਲਿਫਟਡ ਅਪ ਦਾ ਲਿਡ ਆਫ ਦਾ ਚੀਜ਼ ਡਿਸ਼ ਐਂਡ ਅਨਨੀਥ ਰਜਿੰਦਰ ਸਾ ਆ ਬਿਗ, ਮਦਰ ਨੇ ਪਨੀਰ ਵਾਲੇ ਭਾਂਡੇ ਦਾ ਢੱਕਣ ਚੱਕਿਆ। ਐਂਡ ਅੰਡਰਨੀਥ ਰਜਿੰਦਰ ਸਾ ਆ ਲੰਪ ਆਫ ਹੋਮ ਮੇਡ ਚੀਜ਼, ਜਿਸਦੇ ਵਿੱਚ ਰਜਿੰਦਰ ਨੇ ਘਰ ਬਣਾਏ ਹੋਏ ਚੀਜ਼ ਦਾ ਵੱਡਾ ਸਾਰਾ ਢੇਰ ਦੇਖਿਆ। ਮਦਰ ਕੱਟ ਫਾਰ ਹਰ ਸੈਲਫ ਅ ਪੀਸ ਆਫ ਚੀਜ਼ ਐਂਡ ਸੈਡ ਇਟ ਵਾਜ਼ ਡਿਲੀਸ਼ੀਅਸ, ਮਦਰ ਨੇ ਆਪਣੇ ਲਈ ਪਨੀਰ ਦਾ ਟੁਕੜਾ ਕੱਟਿਆ ਅਤੇ ਕਿਹਾ ਇਹ ਸਵਾਦ ਸੀ। ਮੇ ਆਈ ਪੁੱਟ ਸਮ ਔਨ ਮਾਈ ਲੋਫ, ਸੈਡ ਰਜਿੰਦਰ, ਕਹਿੰਦਾ ਕੀ ਮੈਂ ਆਪਣੇ ਲਈ ਇੱਕ ਟੁਕੜਾ ਲੈ ਸਕਦਾ। ਰਜਿੰਦਰ ਨੇ ਕਿਹਾ ਓ ਮਾਈ ਗੋਡ, ਸੈਡ ਰਜਿੰਦਰ, ਰਜਿੰਦਰ ਨੇ ਕਿਹਾ ਹਾਏ ਮੇਰੇ ਰੱਬਾ, ਵਾਟ ਆ ਨਾਈਸ ਫਰੈਂਡਲੀ ਕ੍ਰੀਏਚਰ ਦਾ ਕਾਓਜ਼, ਕਹਿੰਦਾ ਕਿੰਨਾ ਫਰੈਂਡਲੀ ਐਨੀਮਲ ਹੈ ਕਾਓ, ਗਾਂ ਕਿੰਨਾ ਫਰੈਂਡਲੀ ਐਨੀਮਲ ਹੈ। ਆਈ ਵਿਲ ਨੋਟ ਹੇਟ ਇਟ, ਮੈਂ ਇਸ ਨੂੰ ਕਦੇ ਵੀ ਨਫ਼ਰਤ ਨਹੀਂ ਕਰਾਂਗਾ ਐਨੀ ਮੋਰ ਔਰ ਬੀ ਫਰੇਟੈਂਡਡ
ਆਫ ਇਟ, ਔਰ ਮੈਂ ਕਦੇ ਵੀ ਇਸ ਤੋਂ ਨਹੀਂ ਡਰਾਂਗਾ। ਦੇਅਰ ਇਜ਼ ਨੋ ਰੀਜ਼ਨ ਟੂ ਬੀ ਸੈਟ ਮਦਰ, ਮਾਂ ਨੇ ਕਿਹਾ ਕਿ ਇਹਦਾ ਕੋਈ ਕਾਰਨ ਹੋ ਵੀ ਨਹੀਂ ਸਕਦਾ ਕਿ ਇਹ ਤੋਂ ਡਰਨ ਦਾ। ਆਈ ਸ਼ੈਲ ਗੋ ਐਂਡ ਸਟੈਂਡ ਔਨ ਦਾ ਗੇਟ ਦੈਟ ਲੀਡਸ ਟੂ ਦਾ ਕਾਓ ਫੀਲਡਸ ਐਂਡ ਸੇ ਥੈਂਕ ਯੂ ਟੂ ਦਾ ਕਾਓਸ। ਰਜਿੰਦਰ ਕਹਿੰਦਾ ਕਿ ਮੈਂ ਹੁਣ ਗਾਵਾਂ ਦੇ ਜਿਹੜਾ ਫਾਰਮ ਆ ਉਹਦੇ ਗੇਟ 'ਤੇ ਜਾਵਾਂਗਾ ਅਤੇ ਉਹਨਾਂ ਨੂੰ ਥੈਂਕ ਯੂ ਕਹਾਂਗਾ। ਸੈਟ ਰਜਿੰਦਰ, ਆਈ ਡਿਡ ਨੋਟ ਨਾਓ ਦੇ ਵਰ ਸੋ ਕਾਇੰਡ। ਰਜਿੰਦਰ ਕਹਿੰਦਾ ਕਿ ਮੈਨੂੰ ਨਹੀਂ ਪਤਾ ਸੀ ਕਿ ਇੰਨੇ ਦਿਆਲੂ ਜਾਨਵਰ ਹੈ। ਐਂਡ ਨਾਓ ਰਜਿੰਦਰ ਇਜ਼ ਨੋਟ ਅ ਬਿੱਟ ਆਫ ਅਪਰੇਡ ਆਫ ਕਾਓਸ ਐਂਡ ਹੀ ਲਾਈਕਸ ਦੈਮ ਵੈਰੀ ਮੱਚ। ਹੁਣ ਰਜਿੰਦਰ ਗਾਵਾਂ ਤੋਂ ਬਿਲਕੁਲ ਵੀ ਨਹੀਂ ਡਰਦਾ ਸੀ, ਉਹ ਇਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਕਰਦਾ ਸੀ। ਹੀ ਸੇਜ਼ ਦੇ ਆਰ ਹਿਜ਼ ਫਰੈਂਡਸ, ਉਹ ਕਹਿੰਦਾ ਸੀ ਕਿ ਇਹ ਉਸਦੇ ਮਿੱਤਰ ਨੇ। ਵਟ ਡੂ ਯੂ ਸੇ, ਤੁਸੀਂ ਕੀ ਕਹੋਗੇ? ਆਪਾਂ ਇੰਗਲਿਸ਼ ਰੀਡ ਕੀਤੀ, ਫਿਰ ਇਸਨੂੰ ਪੰਜਾਬੀ ਦੇ ਵਿੱਚ ਟਰਾਂਸਲੇਸ਼ਨ ਕੀਤੀ, ਫਿਰ ਆਪਾਂ ਨੇ ਇਸ ਨੂੰ ਪੰਜਾਬੀ ਦੇ ਵਿੱਚ ਟਰਾਂਸਲੇਟ ਕੀਤਾ। ਅਗਰ ਤੁਹਾਨੂੰ ਫਿਰ ਵੀ ਥੋੜ੍ਹੀ ਮੋਟੀ ਕਨਫਿਊਜ਼ਨ ਰਹਿੰਦੀ ਹੈ ਤਾਂ ਕਮੈਂਟ ਸੈਸ਼ਨ ਦੇ ਵਿੱਚ ਤੁਸੀਂ ਕਮੈਂਟ ਕਰਕੇ ਮੈਨੂੰ ਆਪਣੀ ਕਨਫਿਊਜ਼ਨ ਦੂਰ ਕਰ ਸਕਦੇ ਹੋ। ਥੈਂਕਸ, ਹੈਵ ਅ ਨਾਈਸ ਡੇ।